ਇੱਕ ਕਲਾਕਾਰ ਜਿਹਦੇ 365 ਦਿਨਾਂ 'ਚ ਲੱਗਦੇ ਸਨ 366 ਅਖਾੜੇ, ਕਲਾਕਾਰ ਜਿਸ ਦਾ ਗਾਇਆ ਹੋਇਆ ਹਰ ਇੱਕ ਗਾਣਾ ਸੁਪਰਹਿੱਟ ਗਿਆ, ਕੱਪੜੇ ਦੀ ਫੈਕਟਰੀ 'ਚ ਕੰਮ ਕਰਨ ਵਾਲਾ ਧਨੀ ਰਾਮ ਕਿਵੇਂ ਬਣਿਆ ਚਮਕੀਲਾ। 1988 ਦੀ ਇੱਕ ਦੁਪਹਿਰ ਇਹ ਸਿਤਾਰਾ ਦੁਨੀਆ ਤੋਂ ਰੁਖਸਤ ਹੋ ਗਿਆ, ਪਰ ਦੁਨੀਆ 'ਚ ਆਪਣੇ ਨਾਮ ਨੂੰ ਅਮਰ ਕਰ ਗਿਆ। ਤੁਹਾਨੂੰ ਦੱਸ ਦਈਏ ਕਿ ਇਸ ਵੀਡੀਓ ਵਿਚਲੀ ਜਾਣਕਾਰੀ ਇੰਟਰਨੈਟ 'ਤੇ ਮੌਜੂਦ ਅਲੱਗ ਅਲੱਗ ਵੀਡੀਓਜ਼ ਅਤੇ ਇੰਟਰਵਿਊਜ਼ 'ਤੇ ਆਧਾਰਿਤ ਹੈ। ਅਮਰ ਸਿੰਘ ਚਮਕੀਲਾ ਦਾ ਜਨਮ 1960 'ਚ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਡੁਗਰੀ 'ਚ ਹੋਇਆ। ਮਾਤਾ ਦਾ ਨਾਮ ਸੀ ਕਰਤਾਰ ਕੌਰ ਅਤੇ ਪਿਤਾ ਦਾ ਨਾਮ ਸੀ ਹਰੀ ਸਿੰਘ। ਚਮਕੀਲਾ ਦਾ ਕਾਗਜ਼ਾਂ 'ਚ ਨਾਮ ਅਮਰ ਸਿੰਘ ਸੀ, ਪਰ ਘਰ ਦੇ ਉਹਨੂੰ ਧਨੀ ਰਾਮ ਕਹਿ ਕੇ ਬੁਲਾਉਂਦੇ ਸਨ। ਘਰ ਦੇ ਮਾੜੇ ਹਾਲਾਤਾਂ ਕਰਕੇ ਪੜ੍ਹਾਈ ਲਿਖਾਈ ਵਿੱਚੇ ਛੱਡ ਕੇ ਉਹਨੂੰ ਲੁਧਿਆਣੇ ਦੀ ਇੱਕ ਕੱਪੜਾ ਫੈਕਟਰੀ 'ਚ ਕੰਮ ਕਰਨਾ ਪਿਆ। ਚਮਕੀਲਾ ਦੀਆਂ ਦੋ ਵੱਡੀਆਂ ਭੈਣਾਂ ਸਨ ਅਤੇ ਦੋ ਛੋਟੇ ਭਰਾ ਸਨ। ਭਾਵੇਂ ਚਮਕੀਲੇ ਦੇ ਪਰਿਵਾਰ 'ਚੋਂ ਕਿਸੇ ਦਾ ਵੀ ਸੰਗੀਤ ਨਾਲ ਦੂਰ ਦੂਰ ਤੱਕ ਲੈਣਾ ਦੇਣਾ ਨਹੀਂ ਸੀ, ਪਰ ਫਿਰ ਵੀ ਉਸਨੇ 16 ਸਾਲ ਦੀ ਉਮਰ 'ਚ ਢੋਲਕੀ ਅਤੇ ਹਾਰਮੋਨੀਅਮ ਦੀ ਸਿਖਲਾਈ ਸ਼ੁਰੂ ਕਰਤੀ। ਉਸ ਟਾਈਮ ਪੰਜਾਬੀ ਗਾਇਕ ਸੁਰਿੰਦਰ ਸ਼ਿੰਦਾ ਦਾ ਨਾਮ ਚੋਟੀ ਦੇ ਕਲਾਕਾਰਾਂ ਵਿੱਚ ਸ਼ਾਮਲ ਸੀ। ਚਮਕੀਲਾ 17 ਸਾਲ ਦੀ ਉਮਰ 'ਚ ਸੁਰਿੰਦਰ ਸ਼ਿੰਦਾ ਨੂੰ ਮਿਲਣ ਗਿਆ। ਸੁਰਿੰਦਰ ਸ਼ਿੰਦਾ ਨੇ ਜਦੋਂ ਚਮਕੀਲੇ ਦੀ ਢੋਲਕੀ ਅਤੇ ਹਾਰਮੋਨੀਅਮ 'ਤੇ ਪਕੜ ਦੇਖੀ ਤਾਂ ਉਹਨਾਂ ਨੇ ਖੁਸ਼ ਹੋ ਕੇ ਚਮਕੀਲੇ ਨੂੰ ਆਪਣੇ ਨਾਲ ਰੱਖ ਲਿਆ। ਸੁਰਿੰਦਰ ਸ਼ਿੰਦਾ ਦੀ ਸਟੇਜ 'ਤੇ ਦਰੀਆਂ ਵਿਛਾਉਣ, ਸਪੀਕਰ ਵਗੈਰਾ ਲਵਾਉਣ ਦਾ ਸਾਰਾ ਕੰਮ ਚਮਕੀਲਾ ਨੇ ਦੇਖਣਾ ਸ਼ੁਰੂ ਕਰਤਾ। ਫਿਰ ਇੱਕ ਸਾਲ ਚਮਕੀਲਾ ਸੁਰਿੰਦਰ ਸ਼ਿੰਦਾ ਦਾ ਮੈਨੇਜਰ ਬਣ ਕੇ ਰਿਹਾ। ਚਮਕੀਲਾ ਹੀ ਸੁਰਿੰਦਰ ਸ਼ਿੰਦਾ ਦੇ ਪ੍ਰੋਗਰਾਮਾਂ ਦੀ ਬੁਕਿੰਗ ਕਰਦਾ ਸੀ। ਇਹਨਾਂ ਦਿਨਾਂ 'ਚ ਹੀ ਚਮਕੀਲਾ ਦਾ ਪਹਿਲਾ ਵਿਆਹ ਗੁਰਮੇਲ ਕੌਰ ਨਾਲ ਹੋਇਆ। ਸੁਰਿੰਦਰ ਸ਼ਿੰਦਾ ਨਾਲ ਕੰਮ ਕਰਦਿਆਂ ਚਮਕੀਲੇ ਨੇ ਇੱਕ ਗੀਤ ਲਿਖਿਆ, ਡਿੱਗੀ ਤਿਲਕ ਕੇ ਛੜੇ ਜੇਠ ਨੇ ਚੁੱਕੀ। ਚਮਕੀਲੇ ਦਾ ਲਿਖਿਆ ਇਹ ਗੀਤ ਸੁਰਿੰਦਰ ਸ਼ਿੰਦਾ ਨੇ ਗਾਇਆ, ਜੋ ਕਿ ਸੁਪਰਹਿੱਟ ਹੋ ਗਿਆ। ਅੱਗੇ ਅਸੀਂ ਜਾਣਾਂਗੇ ਕਿ ਚਮਕੀਲੇ ਦਾ ਗਾਇਕੀ ਦਾ ਸਫ਼ਰ ਕਿਵੇਂ ਸ਼ੁਰੂ ਹੋਇਆ। ਉਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਅਤੇ ਜੇ ਤੁਸੀਂ ਅਜੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਕਰਿਓ। ਸੰਨ 1977-78 'ਚ ਸੁਰਿੰਦਰ ਸ਼ਿੰਦਾ ਕੈਨੇਡਾ ਟੂਰ 'ਤੇ ਚਲੇ ਗਏ। ਉਹਨਾਂ ਦਿਨਾਂ 'ਚ ਸੁਰਿੰਦਰ ਸ਼ਿੰਦਾ ਨਾਲ ਸੁਰਿੰਦਰ ਸੋਨੀਆ ਐਜ਼ ਏ ਫੀਮੇਲ ਆਰਟਿਸਟ ਗਾਉਂਦੇ ਸਨ, ਪਰ ਸੁਰਿੰਦਰ ਸ਼ਿੰਦਾ ਸੁਰਿੰਦਰ ਸੋਨੀਆ ਦੀ ਥਾਂ ਗੁਲਸ਼ਨ ਕੋਮਲ ਨੂੰ ਆਪਣੇ ਨਾਲ ਕੈਨੇਡਾ ਟੂਰ 'ਤੇ ਲੈ ਗਏ। ਸੁਰਿੰਦਰ ਸੋਨੀਆ ਨੇ ਅਮਰ ਸਿੰਘ ਚਮਕੀਲਾ ਨਾਲ ਅਖਾੜੇ ਲਾਉਣੇ ਸ਼ੁਰੂ ਕਰਤੇ ਪਿੱਛੋਂ। ਇਸ ਤੋਂ ਬਾਅਦ ਸੁਰਿੰਦਰ ਸੋਨੀਆ ਨੇ ਚਮਕੀਲੇ ਨੂੰ ਐਲਬਮ ਲਈ ਰਾਜ਼ੀ ਕਰ ਲਿਆ। 1980 'ਚ HMV ਰਿਕਾਰਡ ਲੇਵਲ ਦੇ ਅੰਡਰ ਚਮਕੀਲਾ ਅਤੇ ਸੁਰਿੰਦਰ ਸੋਨੀਆ ਦੀ ਪਹਿਲੀ ਐਲਬਮ ਟਕੂਏ ਅਤੇ ਟਕੂਆ ਰਿਲੀਜ਼ ਕੀਤੀ ਗਈ। ਇਸ ਐਲਬਮ ਨੇ ਆਉਂਦਿਆਂ ਹੀ ਮਾਰਕੀਟ 'ਚ ਹਲਚਲ ਪੈਦਾ ਕਰ ਦਿੱਤੀ। ਐਲਬਮ ਦੀ ਧੜਾਧੜ ਵਿਕਰੀ ਸ਼ੁਰੂ ਹੋ ਗਈ। ਐਲਬਮ ਸੁਪਰ ਹਿੱਟ ਹੋ ਗਈ ਸੀ। ਕੈਨੇਡਾ ਤੋਂ ਵਾਪਸ ਆਏ ਸੁਰਿੰਦਰ ਸ਼ਿੰਦਾ ਚਮਕੀਲੇ ਦੁਆਰਾ ਲਿਆਂਦੀ ਇਹ ਹਨੇਰੀ ਦੇਖ ਕੇ ਹੈਰਾਨ ਰਹਿ ਗਏ। ਸੁਰਿੰਦਰ ਸੋਨੀਆ ਅਮਰ ਸਿੰਘ ਚਮਕੀਲਾ ਨੂੰ ਪੇਮੈਂਟ ਬਹੁਤ ਘੱਟ ਦਿੰਦੀ ਸੀ। ਅਮਰ ਸਿੰਘ ਚਮਕੀਲਾ ਨੇ ਸੁਰਿੰਦਰ ਸੋਨੀਆ ਨੂੰ ਕਈ ਵਾਰੀ ਪੇਮੈਂਟ ਵਧਾਉਣ ਲਈ ਕਿਹਾ, ਜੋ ਕਿ ਉਸਦਾ ਹੱਕ ਵੀ ਸੀ, ਪਰ ਸੁਰਿੰਦਰ ਸੋਨੀਆ ਦੇ ਨਾਂ ਨੁੱਕਰ ਕਰਨ 'ਤੇ ਚਮਕੀਲੇ ਨਾਲ ਉਸਦੀ ਜੋੜੀ ਟੁੱਟ ਗਈ। ਉਹਨਾਂ ਦਿਨਾਂ 'ਚ ਮਸ਼ਹੂਰ ਗਾਇਕ ਕੁਲਦੀਪ ਮਾਣਕ ਨਾਲ ਫੀਮੇਲ ਵੋਕਲਿਸਟ ਹੁੰਦੇ ਸਨ ਅਮਰਜੋਤ ਕੌਰ। ਕੁਲਦੀਪ ਮਾਣਕ ਨਾਲ ਜੋੜੀ ਟੁੱਟਣ ਤੋਂ ਬਾਅਦ ਅਮਰਜੋਤ ਵੀ ਮੇਲ ਵੋਕਲਿਸਟ ਦੀ ਭਾਲ ਵਿੱਚ ਸੀਗੇ। ਫਿਰ ਉਹਨਾਂ ਦੀ ਮੁਲਾਕਾਤ ਹੋਈ ਅਮਰ ਸਿੰਘ ਚਮਕੀਲਾ ਨਾਲ। ਇਸ ਤਰ੍ਹਾਂ 1981 'ਚ ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਕੌਰ ਦੀ ਜੋੜੀ ਬਣ ਗਈ। ਇਹ ਜੋੜੀ ਸੁਪਰਹਿੱਟ ਬਣ ਗਈ ਸੀ। ਚਮਕੀਲਾ ਨਹੀਂ ਚਾਹੁੰਦਾ ਸੀ ਕਿ ਇਹ ਜੋੜੀ ਟੁੱਟੇ, ਇਸ ਕਰਕੇ ਉਸਨੇ ਅਮਰਜੋਤ ਕੌਰ ਨਾਲ ਦੂਜਾ ਵਿਆਹ ਕਰਾ ਲਿਆ। ਇਸ ਤੋਂ ਬਾਅਦ ਉਹਨਾਂ ਦੀ ਜੋੜੀ ਨੇ ਹੋਰ ਬਹੁਤ ਸਾਰੇ ਸੁਪਰਹਿੱਟ ਗੀਤ ਦਿੱਤੇ। ਚਮਕੀਲਾ ਨੇ ਫਿਲਮਾਂ ਲਈ ਵੀ ਗੀਤ ਗਾਏ। ਦਿਨੋਂ ਦਿਨ ਚਮਕੀਲੇ ਦੀ ਮਿਊਜ਼ਿਕ ਇੰਡਸਟਰੀ 'ਚ ਧਾਕ ਵੱਧਦੀ ਜਾ ਰਹੀ ਸੀ। ਦੱਸਿਆ ਜਾਂਦਾ ਹੈ ਵੀ ਕਈ ਕਲਾਕਾਰ ਚਮਕੀਲੇ ਨਾਲ ਖਾਰ ਖਾਣ ਲੱਗ ਪਏ ਸਨ। ਚਮਕੀਲੇ ਦੇ 365 ਦਿਨਾਂ 'ਚ 366 ਅਖਾੜੇ ਲੱਗਦੇ ਸਨ। ਚਮਕੀਲੇ ਬਾਰੇ ਗੱਲ ਕਰਦਿਆਂ ਉਸਦੇ ਸਾਥੀਆਂ ਨੇ ਇੰਟਰਵਿਊਜ਼ 'ਚ ਦੱਸਿਆ
ਕਿ ਉਸਦੇ ਤੜਕ ਫੜਕ ਵਾਲੇ ਅਤੇ ਲੱਚਰ ਗੀਤ ਲਿਖਣ ਅਤੇ ਗਾਉਣ ਕਰਕੇ ਉਸਨੂੰ ਖਾੜਕੂ ਸਿੰਘਾਂ ਵੱਲੋਂ ਕਈ ਧਮਕੀ ਭਰੇ ਪੱਤਰ ਮਿਲੇ। ਉਸਦੇ ਸਾਥੀ ਸਵਰਨ ਸਿਵੀਆ ਨੇ ਦੱਸਿਆ ਕਿ 1986 'ਚ ਚਮਕੀਲਾ ਖੁਦ ਉਹਨਾਂ ਨਾਲ ਸਿੰਘਾਂ ਕੋਲੋਂ ਮਾਫ਼ੀ ਮੰਗ ਕੇ ਆਇਆ ਸੀ। ਉਹ ਇਹ ਵੀ ਵਾਅਦਾ ਕਰਕੇ ਆਇਆ ਸੀ ਕਿ ਅੱਗੇ ਤੋਂ ਉਹ ਹੁਣ ਸਿਰਫ ਧਾਰਮਿਕ ਗੀਤ ਹੀ ਗਾਏਗਾ। ਅਤੇ ਉਸਨੇ ਥੋੜ੍ਹੇ ਸਮੇਂ ਲਈ ਇੰਜ ਕੀਤਾ ਵੀ, ਉਸਨੇ ਧਾਰਮਿਕ ਗੀਤ ਗਾਉਣੇ ਸ਼ੁਰੂ ਕਰਤੇ। ਉਸਦੇ ਗਾਏ ਧਾਰਮਿਕ ਗੀਤ ਵੀ ਸੁਪਰਹਿੱਟ ਸਾਬਤ ਹੋਏ, ਜੋ ਕਿ ਅੱਜ ਵੀ ਸੁਣੇ ਅਤੇ ਸਰਾਹੇ ਜਾਂਦੇ ਹਨ। ਤਲਵਾਰ ਮੈਂ ਕਲਗੀ ਧਰਦੀ ਹਾਂ, ਬਾਬਾ ਤੇਰਾ ਨਨਕਾਣਾ, ਕੰਧੇ ਸਰਹੰਦ ਦੀਏ, ਸਰਹੰਦ ਦੀ ਦੀਵਾਰ, ਚਮਕੀਲੇ ਵੱਲੋਂ ਗਾਏ ਧਾਰਮਿਕ ਗੀਤ ਹਨ ਜਿਨ੍ਹਾਂ ਨੇ ਸਰੋਤਿਆਂ ਦੇ ਦਿਲਾਂ 'ਤੇ ਗਹਿਰੀ ਛਾਪ ਛੱਡੀ। ਅਤੇ ਫਿਰ ਆਇਆ 8 ਮਾਰਚ 1988 ਦਾ ਉਹ ਦਿਨ। ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਕੌਰ ਆਪਣੇ ਸਾਥੀਆਂ ਨਾਲ ਜਲੰਧਰ ਜ਼ਿਲ੍ਹੇ ਦੇ ਇੱਕ ਪਿੰਡ ਮੈਸਮਪੁਰ ਵਿਆਹ 'ਚ ਅਖਾੜਾ ਲਾਉਣ ਗਏ। ਦੁਪਹਿਰ 1:30-2 ਵਜੇ ਦਾ ਟਾਈਮ ਸੀ। ਖਾਣਾ ਖਾ ਕੇ ਚਮਕੀਲਾ, ਅਮਰਜੋਤ ਕੌਰ ਅਤੇ ਦੋ ਹੋਰ ਸਾਥੀ ਗੱਡੀ 'ਚ ਬੈਠ ਕੇ ਸਟੇਜ ਵੱਲ ਜਾਣ ਲੱਗੇ। ਪਿੰਡ ਦੀ ਸੜਕ 'ਤੇ ਗੱਡੀ ਰੁਕਵਾ ਕੇ ਅਣਪਛਾਤੇ ਬੰਦਿਆਂ ਨੇ ਗੋਲੀਆਂ ਮਾਰ ਕੇ ਉਹਨਾਂ ਦਾ ਕਤਲ ਕਰ ਦਿੱਤਾ। ਦੋਸਤੋ, ਅਜੇ ਵੀ ਚਮਕੀਲੇ ਦੀ ਮੌਤ 'ਤੇ ਕਿਸੇ ਪੱਕੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ, ਪਰ ਇੰਟਰਨੈੱਟ 'ਤੇ ਮੌਜੂਦ ਵੀਡੀਓ ਅਤੇ ਇੰਟਰਵਿਊਜ਼ ਤੋਂ ਚਮਕੀਲੇ ਦੀ ਮੌਤ ਦੇ 2-3 ਕਾਰਨ ਲੱਗਦੇ ਨੇ। ਉਸ ਟਾਈਮ ਚਮਕੀਲੇ ਦੀ ਮਿਊਜ਼ਿਕ ਇੰਡਸਟਰੀ 'ਚ ਚੜ੍ਹਤ ਕਰਕੇ ਉਸ ਟਾਈਮ ਦੇ ਕਈ ਕਲਾਕਾਰ ਉਸ ਤੋਂ ਨਫ਼ਰਤ ਕਰਨ ਲੱਗ ਪਏ ਸਨ। ਕਹਿੰਦੇ ਨੇ ਕਿ ਚਮਕੀਲੇ ਦੀ ਮੌਤ ਪਿੱਛੇ ਇਹਨਾਂ 'ਚੋਂ ਕਿਸੇ ਦਾ ਹੱਥ ਹੋ ਸਕਦਾ। ਦੂਜਾ ਕਾਰਨ ਇਹ ਸੀ ਕਿ ਚਮਕੀਲੇ ਨੇ ਖਾੜਕੂ ਸਿੰਘਾਂ ਦੀ ਵਾਰਨਿੰਗ ਤੋਂ ਬਾਅਦ ਵੀ ਫਿਰ ਤੋਂ ਲੱਚਰ ਗੀਤ ਗਾਉਣੇ ਸ਼ੁਰੂ ਕਰ ਦਿੱਤੇ। ਪਰ ਚਮਕੀਲੇ ਦੇ ਇੱਕ ਸਾਥੀ ਨੇ ਇੰਟਰਵਿਊ 'ਚ ਦੱਸਿਆ ਕਿ ਚਮਕੀਲੇ ਨੇ ਵਾਰਨਿੰਗ ਤੋਂ ਬਾਅਦ ਕੋਈ ਲੱਚਰ ਗੀਤ ਨਹੀਂ ਗਾਇਆ ਸੀ, ਇਸ ਕਰਕੇ ਖਾੜਕੂ ਸਿੰਘਾਂ ਦਾ ਇਸ 'ਚ ਕੋਈ ਹੱਥ ਨਹੀਂ ਲੱਗਦਾ। ਉਹਨਾਂ ਨੇ ਦੱਸਿਆ ਕਿ 14 ਜਣਿਆਂ ਨੇ ਚਮਕੀਲੇ ਦੇ ਕਤਲ ਦੀ ਜ਼ਿੰਮੇਵਾਰੀ ਲਈ ਸੀ ਉਸ ਟਾਈਮ। ਇੱਕ ਹੋਰ ਸਾਥੀ ਨੇ ਦੱਸਿਆ ਕਿ ਕਿਸੇ ਸ਼ਰਾਰਤੀ ਅਨਸਰਾਂ ਨੇ ਚਮਕੀਲੇ ਵੱਲੋਂ ਫਿਰੌਤੀ ਨਾ ਦੇਣ ਕਰਕੇ ਇਹ ਕੰਮ ਕੀਤਾ ਸੀ, ਪਰ ਅਜੇ ਵੀ ਅਸਲ ਕਾਰਨ ਕੋਈ ਨਹੀਂ ਦੱਸ ਸਕਿਆ। ਚਮਕੀਲਾ ਅੱਜ ਬਹੁਤ ਸਾਰਿਆਂ ਦਾ ਚਹੇਤਾ ਗਾਇਕ ਹੈ। ਚਮਕੀਲੇ ਦੀ ਜ਼ਿੰਦਗੀ 'ਤੇ ਇਮਤਿਆਜ਼ ਅਲੀ ਵੱਲੋਂ ਇੱਕ ਫਿਲਮ ਬਣਾਈ ਗਈ ਹੈ, ਜਿਸ ਵਿੱਚ ਦਿਲਜੀਤ ਦੋਸਾਂਝ ਨੇ ਚਮਕੀਲਾ ਦਾ ਅਤੇ ਪਰਿਣਤੀ ਚੋਪੜਾ ਨੇ ਅਮਰਜੋਤ ਦਾ ਕਿਰਦਾਰ ਨਿਭਾਇਆ। ਦੋਸਤੋ, ਤੁਹਾਡੇ ਚਮਕੀਲੇ ਦੀ ਜ਼ਿੰਦਗੀ ਬਾਰੇ ਕੀ ਵਿਚਾਰ ਹਨ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ, ਅਤੇ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਓ। ਹੋਰ ਵੀਡੀਓਜ਼ ਦੇ ਅਪਡੇਟਸ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਧੰਨਵਾਦ।